ਸਤਿ ਸ਼੍ਰੀ ਅਕਾਲ ਗਿਓ ਵਿਊਰਸ ਕੀ ਹਾਲਤ ਵਾਡਾ ਹੋ ਮੀਤਾ ਤੁਸੀਂ ਠੀਕ ਹੋਗੇ ਜਿਵੇਂ ਅਸੀਂ ਬਣਾਉਣ ਜਾ ਰਹੇ ਨੇ ਇਹ ਹਰਾ ਪਰਾ ਆਲੂ ਵਾਲਾ ਬੀਫ ਲੋਟ ਇਹਦੇ ਲਈ ਤੁਸੀਂ ਸਭ ਤੋਂ ਪਹਿਲੇ ਲੈਣਾ ਜ਼ੀਰਾ ਉਹਦੇ ਵਿੱਚ ਤੁਸੀਂ ਪਾਣਾ ਤੇਲ ਹਰੀਆਂ ਮਿਰਚਾਂ ਤੇ ਪਿਆਜ਼ ਤੇ ਐਵੇਂ ਕਰ ਅਸੀਂ ਲਸਣ ਅਦਰਕ ਦੀ ਪੇਸਟ ਪਾਈ ਹੈ ਇਹਨੂੰ ਥੋੜਾ ਜਿਹਾ ਭੁੰਨ ਲਓ ਜਦੋਂ ਭੁੰਨ ਜਾਏ ਤੇ ਇਹਦੇ ਵਿੱਚ ਅਸੀਂ ਟਮਾਟਰ ਪਾ ਦੇਣੇ ਨੇ ਤੇ ਟੱਕੰਦੇ ਦਿਓ ਤੇ ਥੋੜਾ ਜਿਹਾ ਪਾਣੀ ਵੀ ਪਾ ਦੇ ਜਦੋਂ ਟਮਾਟਰ ਸੌਫਟ ਹੋ ਜਾਂਦੇ ਤੇ ਜੇ ਤੁਸੀਂ ਹਸਬੇ ਪਸੰਦ ਸਪਾਈਸਸ ਪਾ ਲਿਓ ਫਿਰ ਤੁਸੀਂ ਇਹਦੇ ਵਿੱਚ ਪਾਨੇ ਨੇ ਇਹ ਸਪਾਈਸਿਸ ਐ ਇਮਲੀ ਦਾ ਪਲਪ ਰੱਖਿਆ ਹੋਇਆ ਹੈ ਫਿਰ ਇਮਲੀ ਦਾ ਪਲਪ ਤੁਸੀਂ ਪਾ ਦਿਓ ਇਹਨੂੰ ਵੀ ਥੋੜਾ ਭੁੰਨਾ ਹੈ 1-2 ਮਿੰਟ ਤੇ ਇਹ ਜੇ ਉਬਲੇ ਹੋਏ ਆਲੂ ਤੇ ਉਬਲੇ ਹੋਏ ਆਲੂ ਨੂੰ ਅਸੀਂ ਪਾ ਦੇਣਾ ਹੈ ਇਹਨਾਂ ਨੂੰ ਭੁੰਨਾ ਹੈ ਚੰਗੀ ਤਰ੍ਹਾਂ ਜਦੋਂ ਭੁੰਨ ਜਾਣੇ ਤੇ ਫਿਰ ਤੁਸੀਂ ਇੱਕ ਮਿੰਨਤ ਅਲੱਗ ਕੰਮ ਕਰਨਾ ਹੈ ਕਿ ਇਹਨਾਂ ਨੂੰ ਅਲੱਗ ਕੱਟ ਲੈਣਾ ਹੈ ਇਹਦੇ ਨਾਲ ਦਾ ਹੱਪਾ ਬਣ ਜਾਣਾ ਹੈ ਇਸ ਲਈ ਬੈਟਰ ਰੈਪਲਿੰਗ ਕਰ ਲੋ ਤਾਂ ਹੁਣ ਅਸੀਂ ਢਾਲ ਇਹਦੇ ਚ ਪਾ ਦਿੱਤਾ ਬੀਫ ਬੀਫ ਨੂੰ ਥੋੜਾ ਜਿਹਾ ਭੁੰਨ ਲਓ ਚੰਗੀ ਤਰ੍ਹਾਂ ਤੇ ਯਖਣੀ ਤੇ ਇਜ਼ਾਫੀ ਪਾਣੀ ਜਿਸੇ ਪਾ ਦਿਓ ਇਹ ਪਿਜਰ ਚਾਰ ਸੀ ਤੁਸੀਂ ਚਾਰ ਲਾ ਦੇ ਦਿਓ ਪਾ ਦਿਓ ਜੋ ਪਾਣੀ ਉਬਲਣ ਲੱਗੇ ਤੇ ਐਂ ਦੇਖੋ ਕੋਹੇ ਸਫੈਦ ਚਾਵਲਾਂ ਦਾ ਫੇਸ ਤੁਸੀਂ ਇਹਨੂੰ ਪਕਾ ਲਿਓ ਨਮਕ ਵਗੈਰਾ ਟੇਸਟ ਕਰ ਲੈਣਾ ਜਦੋਂ ਬਨ ਜਾਂ ਇਹ ਸਿਚੁਏਸ਼ਨ ਹੈ ਤੇ ਇਹਦੇ ਚ ਆਲੂ ਤੇ ਮਿਰਚਾਂ ਪਾ ਕੇ ਧੰਮ ਚਿਲੇ ਆ ਜਾਓ ਤੇ ਕੁਝ ਇਹੋ ਜਿਹੀ ਸੁਰਤ ਇਹ ਆਲ ਬਣੇਗੀ ਥੋੜਾ ਮਜ਼ੇਦਾਰ ਆਲੂ ਵਾਲਾ ਬੀਫ ਪਲਾਉ ਤਿਆਰ ਹੈ ਹਰ ਰੰਗ ਬਰਾ ਰੰਗीन ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸਣਾ ਕਿ ਇਹੋ ਜਿਹਾ ਬਣਿਆ ਘਰਾਂ ਚ ਯਾਦ ਰੱਖਣਾ ਅੱਲਾ ਹਾਫਿਜ਼